ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਵਿਕਰਾਂਤ ਵੋਰਾ ਗੁਰੂ ਹਰ ਸਹਾਇ ਤੋਂ ਤੁਹਾਡੇ ਨਾਲ ਅੱਜ ਦੁਬਾਰਾ ਰੂਬਰੂ ਹੋ ਰਿਹਾ। ਅੱਜ ਤੋਂ 6 ਮਹੀਨੇ ਪਹਿਲਾਂ ਡਾਕਟਰ ਅਮਿਤ ਸੂਦ ਅਤੇ ਉਹਨਾਂ ਦੀ ਟੀਮ ਵੱਲੋਂ ਮੇਰੀ ਬਾਇਓਟ੍ਰਿਕ ਸਰਜਰੀ ਕੀਤੀ ਗਈ ਸੀ। ਮੈਂ ਬਹੁਤ ਪਰੇਸ਼ਾਨ ਰਹਿੰਦਾ ਸੀ ਉਸ ਚੀਜ਼ ਕਰਕੇ, ਮੇਰੇ ਲਾਈਫ ਦੇ ਵਿੱਚ ਬਹੁਤ ਪ੍ਰੋਬਲਮਸ ਚੱਲ ਰਹੀਆਂ ਸੀ ਵੇਟ ਕਰਕੇ। ਮੈਨੂੰ ਨੀਂਦ ਬਹੁਤ ਆਉਂਦੀ ਸੀ, ਮੈਂ ਜਗ੍ਹਾ ਜਗ੍ਹਾ ਜਿੱਥੇ ਵੀ ਜਾਂਦਾ ਸੀ ਮੈਂ ਸੌ ਜਾਂਦਾ ਸੀ। ਡਰਾਈਵਿੰਗ ਨਹੀਂ ਮੇਰੇ ਤੋਂ ਹੁੰਦੀ ਸੀ, ਮੈਨੂੰ ਹਰ ਜਗ੍ਹਾ ਇੱਕ ਡਰਾਈਵਰ ਨੂੰ ਨਾਲ ਲੈ ਕੇ ਜਾਣਾ ਪੈਂਦਾ ਸੀ। ਹੁਣ ਮੇਰੀ ਫੈਮਿਲੀ ਵੀ ਇਸ ਚੀਜ਼ ਤੋਂ ਬਹੁਤ ਖੁਸ਼ ਹੈ, ਮੈਂ ਹਰ ਜਗ੍ਹਾ ਜਿੱਥੇ ਵੀ ਜਾਂਦਾ ਮੈਂ ਖੁਦ ਡਰਾਈਵ ਕਰਕੇ ਜਾਂਦਾ, ਮੈਨੂੰ ਕਦੇ ਵੀ ਹੁਣ ਕੋਈ ਪ੍ਰੋਬਲਮ ਨਹੀਂ ਆਈ। ਅਦਰ ਥਿੰਗਸ ਆਈ ਆਲਸੋ ਵਾਂਟ ਟੂ ਸ਼ੇਅਰ ਵਿਦ ਯੂ ਪੀਪਲ ਕਿ ਅਮਿਤ ਸੂਦ ਡਾਕਟਰ ਇਜ਼ ਵੈਰੀ ਨਾਈਸ ਡਾਕਟਰ, ਹੀ ਇਜ਼ ਟੋਟਲੀ ਅ ਜੈਮ। ਉਹਨਾਂ ਨੇ ਮੈਨੂੰ ਪਹਿਲੇ ਦਿਨੋਂ ਹੀ ਮੇਰੇ ਨਾਲ ਪਿਆਰ ਬਣਾਇਆ, ਮੇਰਾ ਵੀ ਉਹਨਾਂ ਨਾਲ ਬਹੁਤ ਪਿਆਰ ਪੈ ਗਿਆ। ਮੈਂ ਉਹਨਾਂ ਕੋਲ ਆਉਣ ਤੋਂ ਬਾਅਦ ਆਈ ਨੈਵਰ ਥੋਟ ਆਫ ਗੋਇੰਗ ਟੂ ਐਨੀ ਅਦਰ ਡਾਕਟਰ, ਹੀ ਸੋ ਨਾਈਸ ਕਿ ਆਈ ਨੈਵਰ ਫੈਲਡ ਲਾਈਕ ਗੋਇੰਗ ਟੂ ਐਨੀ ਅਦਰ ਡਾਕਟਰ। ਅਤੇ ਤੁਸੀਂ ਮੰਨੋਗੇ ਨਹੀਂ ਕਿ ਉਹਨਾਂ ਦੀ ਟੀਮ ਵੀ, ਨਿਊਟ੍ਰੀਸ਼ਨਿਸਟ ਜਿਹੜੇ ਉਹਨਾਂ ਦੇ ਹੈਗੇ ਹੈ, ਡਾਈਟੀਸ਼ਨ ਹੈ, ਹੋਰ ਵੀ ਜਿੰਨੇ ਵੀ ਲੋਕ ਹੈ ਸਟਾਫ ਦੇ, ਸਾਰੇ ਹੀ ਤੁਹਾਡੀ ਬਹੁਤ ਕੇਅਰ ਕਰਦੇ ਹੈ। ਮੇਰੀ ਤਾਂ ਖਾਸ ਕਰਕੇ ਬਹੁਤ ਕੇਅਰ ਹੋਈ ਹੈ ਜੀ, ਮੈਂ ਮੰਨਦਾ ਕਿ ਬਾਕੀ ਵੀ ਪੇਸ਼ੈਂਟਸ ਦੀ ਇੱਦਾਂ ਹੀ ਕੇਅਰ ਹੁੰਦੀ ਹੈ। ਇੱਥੇ ਹੋਰ ਵੀ ਬਹੁਤ ਗੱਲਾਂ ਹੈ ਜੀ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਡਾਕਟਰ ਸਾਹਿਬ ਨੇ ਜਦੋਂ ਮੈਨੂੰ ਫਸਟ ਟਾਈਮ ਮੇਰੇ ਮਦਰ ਨੂੰ ਇੱਕ ਵਿਸ਼ਵਾਸ ਦਵਾਇਆ ਸੀ ਕਿ ਤੁਹਾਡੇ ਬੱਚੇ ਨੂੰ ਮੈਂ ਸੇਫ ਲੈ ਕੇ ਆਊਂਗਾ ਵਾਪਸ, ਅਤੇ ਉਹਨਾਂ ਨੇ ਐਜ਼ ਇਟ ਇਜ਼ ਉਹਨਾਂ ਮੈਨੂੰ ਉਹਨਾਂ ਦੇ ਹੱਥ ਦੇ ਵਿੱਚ ਦੁਬਾਰਾ ਦਿੱਤਾ। ਮਦਰਸ ਵਾਸਤੇ ਇਹ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਇੱਕ ਬੱਚਾ ਮੋਟਾਪੇ ਦੇ ਵਿੱਚ ਜਾਂਦਾ ਹੈ, ਕਾਫੀ ਮੋਟਾ ਹੋ ਜਾਂਦਾ ਹੈ, ਅਤੇ ਮਾਵਾਂ ਨੂੰ ਬਾਪ ਨੂੰ ਬਹੁਤ ਟੈਨਸ਼ਨ ਹੁੰਦੀ ਹੈ। ਮੋਮ ਡੈਡ ਨੂੰ ਮੇਰੇ ਬਹੁਤ ਟੈਨਸ਼ਨ ਸੀ ਮੇਰੀ ਕਿ ਮੇਰੀ ਲਾਈਫ ਦਾ ਕੀ ਹੋਏਗਾ, ਬਟ ਡਾਕਟਰ ਸਾਹਿਬ ਕੋਲ ਆਉਣ ਤੋਂ ਬਾਅਦ ਇਹ ਚੀਜ਼ਾਂ ਚੇਂਜ ਹੋ ਗਈਆਂ। ਹੀ ਸਿੰਪਲੀ ਸੈਡ ਕਿ ਇਹ ਕਰਵਾ ਦਿਉ, ਉਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ। ਮੇਰੇ ਓਪਰੇਸ਼ਨ ਤੋਂ ਬਾਅਦ ਡਾਕਟਰ ਸਾਹਿਬ ਨੇ ਮੇਰਾ ਬਹੁਤ ਕੇਅਰ ਕੀਤੀ, ਮੈਂ ਉਹਨਾਂ ਦੇ ਸਟਾਫ ਨੇ ਮੇਰੀ ਬਹੁਤ ਕੇਅਰ ਕੀਤੀ। 3 ਦਿਨ ਮੈਂ ਇੱਥੇ ਉਦੋਂ ਵੀ ਰਹਿ ਕੇ ਗਿਆ 6 ਮਹੀਨੇ ਪਹਿਲਾਂ। ਹੁਣ ਤੁਸੀਂ, ਮੈਂ ਤੁਹਾਡੇ ਸਾਹਮਣੇ ਹੀ ਹਾਂ, ਤੁਸੀਂ ਮੇਰੀ ਪੁਰਾਣੀ ਵੀਡੀਓ ਵੀ ਦੇਖਿਆ ਜੇ। ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਅੱਜ ਕੱਲ੍ਹ ਮੈਂ ਦੇਖ ਰਿਹਾ ਕਿ ਯੂਥ ਜਿਹੜੀ ਮੋਟਾਪੇ ਤੋਂ ਬਹੁਤ ਪਰੇਸ਼ਾਨ ਹੈ, ਕਿਉਂਕਿ ਜੰਕ ਫੂਡ ਇੰਨਾ ਕੁ ਜ਼ਿਆਦਾ ਹੋ ਚੁੱਕਿਆ, ਫਾਸਟ ਫੂਡ ਇੰਨਾ ਕੁ ਜ਼ਿਆਦਾ ਆਪਣੇ ਹੋ ਚੁੱਕਿਆ ਕਿ ਆਪਾਂ ਲੋਕ ਖਾਂਦੇ ਹੀ ਹਾਂ, ਉਹ ਰੂਟੀਨ 'ਚ ਖਾਂਦੇ ਹਾਂ। ਮੈਂ ਵੀ ਖਾਂਦਾ, ਮੈਂ ਅੱਜ ਵੀ ਖਾਂਦਾ ਜੀ, ਬਟ ਇਹ ਹੈ ਕਿ ਹੁਣ ਆਫਟਰ ਸਰਜਰੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਮੈਂ ਖਾਣ ਪੀਣ ਵੀ ਮੇਰਾ ਨੋਰਮਲ ਹੋ ਗਿਆ ਹੈ ਬਿਲਕੁਲ, ਮੈਂ ਚਪਾਤੀ ਵੀ ਖਾਂਦਾ, ਮੈਂ ਬਾਹਰ ਦਾ ਫੂਡ ਵੀ ਖਾ ਸਕਦਾ, ਮੈਂ ਹੋਰ ਵੀ ਸਾਰਾ ਕੁਛ ਜੋ ਮੇਰਾ ਮਨ ਕਰਦਾ। ਮੈਂ ਪੋਲੀਟੀਕਲੀ ਐਕਟਿਵ ਹੋਣ ਕਰਕੇ ਮੈਨੂੰ ਬੜੀਆਂ ਦਿੱਕਤਾਂ ਸੀਗੀਆਂ, ਮੈਂ ਕਿਤੇ ਵੀ ਜਾ ਨਹੀਂ ਸਕਦਾ ਸੀ, ਮੈਨੂੰ ਸ਼ਰਮ ਆਉਂਦੀ ਸੀ, ਮੈਂ ਸ਼ਾਦੀਆਂ 'ਚ ਜਾਣਾ ਛੱਡਤਾ ਸੀ, ਮੈਂ ਈਵਨ ਕਿ ਡੈਥਸ 'ਤੇ ਜਾਣਾ ਛੱਡਤਾ ਸੀ। ਮੈਨੂੰ ਬਹੁਤ ਜ਼ਿਆਦਾ ਅਸ਼ੇਮਡ ਫੀਲ ਹੁੰਦਾ ਸੀ ਆਪਦੇ ਮੋਟਾਪੇ ਕਰਕੇ। ਮੈਂ ਪੋਲੀਟੀਕਲੀ ਪਾਰਟੀਜ਼ ਦੇ ਨਾਲ ਇਨਫਲੂਐਂਸ ਸੀਗਾ, ਮੈਂ ਉਹਨਾਂ ਦੇ ਨਾਲ ਜਾ ਨਹੀਂ ਸਕਦਾ ਸੀ ਕਿਤੇ ਵੀ। ਪਰ ਇਸ ਇਲੈਕਸ਼ਨ ਦੇ ਵਿੱਚ ਵੀ ਮੈਂ ਆਫਟਰ ਮੇਰਾ ਵੇਟ ਲੋਸ ਮੈਂ ਬਹੁਤ ਐਕਟਿਵ ਹੋਇਆ, ਮੈਂ ਵਾਕ ਬਹੁਤ ਵਧੀਆ ਤਰੀਕੇ ਕਰ ਸਕਦਾ। ਹੁਣ ਮੈਨੂੰ ਭਾਵੇਂ ਤੁਸੀਂ 10 ਕਿਲੋਮੀਟਰ ਵੀ ਚੱਲਣ ਨੂੰ ਕਹਿ ਦਿਓਗੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੋਏਗੀ, ਮੈਂ ਈਜ਼ਲੀ ਚੱਲ ਸਕਦਾ। ਮੇਰੀ ਪਰਸਨੈਲਿਟੀ ਦੇ ਵਿੱਚ ਬਹੁਤ ਫਰਕ ਆਇਆ, ਜਿਹੜਾ ਬੰਦਾ ਵੀ ਮੈਨੂੰ ਮਿਲਦਾ ਇੱਕ ਵਾਰੀ ਆ ਕੇ, ਹਰੇਕ ਬੰਦਾ ਮੈਨੂੰ ਪੁੱਛਦਾ ਵੀ ਹੈ ਕਿ ਤੁਸੀਂ ਕੀ ਕੀਤਾ ਆਪਦੀ ਬੋਡੀ ਦੇ ਲਈ, ਫਿਰ ਮੈਂ ਡਾਕਟਰ ਸਾਹਿਬ ਦਾ ਵੀ ਨਾਮ ਲੈਂਦਾ ਹਰ ਜਗ੍ਹਾ, ਕਿਉਂਕਿ ਇਹਦੇ 'ਚ ਕੋਈ ਸ਼ਰਮ ਨਹੀਂ ਹੈ ਜੀ ਕਿ ਜੇ ਤੁਸੀਂ ਓਪਰੇਟ ਕਰਾ ਰਹੇ ਹੋ ਤਾਂ ਤੁਹਾਨੂੰ ਅੱਗੇ ਆਉਣਾ ਚਾਹੀਦਾ। ਮੈਂ ਸਾਰੀ ਯੂਥ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਟਾਈਮ ਨਾ ਗਵਾਓ, ਯੂ ਸ਼ੁੱਡ ਕਮ ਫੋਰਵਰਡ ਟੂ ਡੂ ਦਿਸ, ਦਿਸ ਇਜ਼ ਲਾਈਫ ਚੇਂਜਿੰਗ ਓਪਰਚੁਨਿਟੀ ਹੈ ਤੁਹਾਡੇ ਲਈ, ਸਾਰਿਆਂ ਲਈ, ਤੁਹਾਨੂੰ ਅੱਗੇ ਆ ਕੇ ਇਹ ਓਪਰੇਟ ਕਰਾਉਣਾ ਚਾਹੀਦਾ। ਮੈਂ, ਮੇਰਾ ਪਰਸਨਲ ਐਕਸਪੀਰੀਅੰਸ ਹੈ, ਕੋਈ ਐਸੀ ਗੱਲ ਨਹੀਂ ਹੈ, 6 ਮਹੀਨੇ ਅੱਜ ਹੋ ਗਏ ਆ, ਮੈਨੂੰ ਕੋਈ ਦਿੱਕਤ ਨਹੀਂ ਹੈ, ਕੋਈ ਮੈਨੂੰ ਪਰੇਸ਼ਾਨੀ ਨਹੀਂ ਹੈ, ਮੈਂ ਤੁਹਾਡੇ ਸਾਹਮਣੇ ਬੈਠਾ। ਤੁਸੀਂ ਮੈਨੂੰ ਕਿਤੇ ਵੀ ਡਾਕਟਰ ਸਾਹਿਬ ਕੋਲੋਂ ਮੇਰਾ ਨੰਬਰ ਵੀ ਲੈ ਸਕਦੇ ਹੋ, ਹੋਰ ਵੀ ਜੋ ਵੀ ਕਿਸੇ ਨੂੰ ਕੋਈ ਵੀ ਕੁਐਰੀਜ਼ ਹੈ, ਕੁਛ ਵੀ ਹੈ, ਮੈਨੂੰ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਇੰਨੀਆਂ ਹੀ ਗੱਲਾਂ ਦੇ ਨਾਲ ਮੈਂ
ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਅਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਜਲਦੀ ਤੋਂ ਜਲਦੀ ਡਾਕਟਰ ਅਮਿਤ ਸੂਦ ਅਤੇ ਉਹਨਾਂ ਦੀ ਟੀਮ ਨੂੰ ਆ ਕੇ ਮਿਲੋ ਅਤੇ ਉਹਨਾਂ ਦੇ ਨਾਲ ਵਾਰਤਾਲਾਪ ਕਰਕੇ ਆਪਦੀ ਸਰਜਰੀ ਕਰਾਓ। ਇੰਨੀਆਂ ਹੀ ਗੱਲਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।